समर्पित है ते खास तौर ते जिथे संगत विच उत्साह है उथे इथों दे नौजवान सिंह उन्हां अंदर विशेष तौर ते तांग है उन्हां ने ओहो जहे वस्त्र अते अपने शरीर उपर पोशाक दुमाले दे रूप विच अख्तियार कीती है ते मेरे बड़े सत्कार योग वीर भाई जसविंदर सिंह जी विशेष तौर ते उन्होंने श्री दरबार साहब जिथे आपां बैठे हुए हैं सतगुरां दे हजूर विशेष तौर ते सजावट कीती है क्योंकि जदों साडे अपने का कोई इस तरह का दिहाड़ा होए अपने बच्चे का जन्म होए ते आपां बहुत ज्यादा खुशी मनाउंदे हां। बाबा फतेह सिंह साडे वास्ते साडे मार्गदर्शन ने जिथे उन्हां ने छोटी उम्र विच लासानी शहादत प्राप्त कीती है उथे विद्वाना ने उन्हां दे जीवन दियां एक दो घटना दर्ज कीतियां ने विस्थार दे विच किसे भी विद्वान ने बहुता नहीं लिखिया उसनू आधार बना मैं बाबा फतेह सिंह का जीवन आप नाल सांझा करन लगा है। आप जी ने असीस बख्शनी सतगुरां दे हजूर बैठे आ मालक मेहर करे रसना उपर वस सिर ते मेहर भरिया हथ रख आप ही उस सूरमे की जीवन गाथा दास पासो कहा लैन कथा की आरंभता तो पहला आओ सतगुरां दी असीस हासिल करिए कोई भी रसना वांझी ना रहे
ਗੱਟ ਗੱਟ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ 1755 ਬਿਕਰਮੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਅਤੇ ਮਾਤਾ ਅਜੀਤ ਕੌਰ ਦੀ ਕੁੱਖੋਂ ਹੁੰਦਾ। ਛੋਟੀ ਜੀ ਉਹਨਾਂ ਦੀ ਆਯੂ ਹੈ, ਜਦੋਂ ਉਹ 2 ਸਾਲ ਦੇ ਹੁੰਦੇ ਨੇ ਤੇ ਉਹਨਾਂ ਦੇ ਮਾਤਾ ਅਜੀਤ ਕੌਰ ਜੀ ਸੰਸਾਰ ਤੋਂ ਕੂਚ ਕਰ ਜਾਂਦੇ ਨੇ, ਸੱਚਖੰਡ ਪਿਆਨਾ ਕਰ ਜਾਂਦੇ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਵਿਸ਼ੇਸ਼ ਤੌਰ ਤੇ ਚੌਹਾਂ ਹੀ ਸਾਹਿਬਜ਼ਾਦਿਆਂ ਨੂੰ ਬੜਾ ਪਿਆਰ ਦਿੱਤਾ। ਉਹਨਾਂ ਨੇ ਇਹ ਨਹੀਂ ਜਾਣਿਆ ਕਿ ਇਹ ਮੇਰੇ ਪੁੱਤਰ ਨਹੀਂ, ਪੁੱਤਰ ਦੇ ਪੁੱਤਰ ਨੇ ਮੇਰੇ ਪੋਤਰੇ ਨੇ। ਉਹਨਾਂ ਨੇ ਆਪਣੇ ਪੁੱਤ ਨਾਲੋਂ ਵੀ ਵਧੀਕ ਆਪਣੀ ਛਾਤੀ ਦੇ ਨਾਲ ਲਾ ਬੱਚੇ ਨੂੰ ਬਣਦੇ ਹੋਏ ਜਿੰਨੀ ਵੀ ਸੁੱਖ ਆਨੰਦ ਸੀ ਉਹ ਪ੍ਰਦਾਨ ਕੀਤੇ। ਸਿਆਣੇ ਆਖਦੇ ਨੇ ਕਿ ਜਿਸ ਵਿਅਕਤੀ ਦੀ ਇਬਾਦਤ ਬਲਵਾਨ ਹੋਵੇਗੀ ਉਸ ਇਨਸਾਨ ਦੀ ਸ਼ਹਾਦਤ ਵੀ ਬਲਵਾਨ ਹੋਵੇਗੀ। ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਬਚਪਨ ਤੋਂ ਗੁੜਤੀ ਦੇ ਰੂਪ ਅੰਦਰ ਪਰਮਾਤਮਾ ਦੀ ਬੰਦਗੀ ਨੂੰ ਹਾਸਲ ਕੀਤਾ ਤੇ ਤੋਤਲੀ ਜ਼ਬਾਨ ਵਿੱਚ ਉਹ ਵਾਹਿਗੁਰੂ ਦਾ ਭਜਨ ਕਰਦੇ ਨੇ, ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਾਪ ਸਾਹਿਬ ਦਾ ਉਚਾਰਨ ਕਰਦੇ ਨੇ। ਜਦੋਂ ਬਾਬਾ ਫਤਿਹ ਸਿੰਘ ਦੀ ਉਮਰ 3.5 ਸਾਲ ਦੀ ਹੋਈ, ਕਹਿੰਦੇ ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀ ਧਰਤੀ ਤੇ ਟਿਕੇ ਹੋਏ ਨੇ ਤੇ ਸਤਿਗੁਰਾਂ ਨੇ ਆਪਣੇ ਚੌਹਾਂ ਹੀ ਸਾਹਿਬਜ਼ਾਦਿਆਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਅਕਾਲ ਪੁਰਖ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ। ਸਤਿਗੁਰਾਂ ਨੇ ਵਚਨ ਕਿਹਾ ਤੇ ਆਖਿਆ ਕਿ ਤੁਸੀਂ ਵਿਸ਼ੇਸ਼ ਪੁਸ਼ਾਕ ਪਾ ਸਾਡੇ ਸਾਹਮਣੇ ਹਾਜ਼ਰ ਹੋ। ਚੌਹਾਂ ਹੀ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਉੱਪਰ ਪੁਸ਼ਾਕ ਪਾਈ, ਪਰ ਚੌਹਾਂ ਸਾਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਨੇ, ਉਹਨਾਂ ਨੇ ਨੀਲੇ ਰੰਗ ਦਾ ਚੋਲਾ ਪਾਇਆ, ਇੱਕ ਦਸਤਾਰ ਬੰਨ੍ਹੀ, ਦੂਸਰੀ ਕੇਸਕੀ ਉੱਪਰ ਬੰਨ੍ਹੀ, ਤੀਸਰਾ ਦੁਮਾਲੇ ਰੂਪ ਵਿੱਚ ਫਿਰ ਉੱਪਰ ਦਸਤਾਰ ਬੰਨ੍ਹੀ ਤੇ ਬੰਨ੍ਹ ਕਰਕੇ ਛੋਟਾ ਜਿਹਾ ਜਿਹੜਾ ਖਰਲਾ ਸੀ ਨਾ ਉੱਪਰ ਰੱਖ ਕਰਕੇ ਉਹ ਵੀ ਬਾਹਰ ਆਏ। ਜਦੋਂ ਸਤਿਗੁਰੂ ਚੌਹਾਂ ਸਾਹਿਬਜ਼ਾਦਿਆਂ ਨੂੰ ਤੱਕਦੇ ਨੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਪਰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਬਾਬੇ ਫਤਿਹ ਸਿੰਘ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਪਿਆਰ ਦੁਲਾਰ ਦੇ ਨਾਲ ਬਹੁਤ ਲਾਡ ਕੀਤਾ। ਕਹਿਣ ਲੱਗੇ ਤੁਸੀਂ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਹੋ, ਅਕਾਲ ਦੇ ਰੂਪ ਵਿੱਚ ਨਜ਼ਰ ਆ ਰਹੇ ਹੋ, ਪੁੱਤਰ ਜੀ ਤੁਹਾਡੇ ਨਾਮ ਉੱਪਰ ਪੰਥ ਚੱਲੇਗਾ, ਭਾਵ ਤੁਸੀਂ ਉਹਨਾਂ ਦੀ ਅਗਵਾਈ ਕਰੋਗੇ, ਉਹਨਾਂ ਦੇ ਮਾਰਗ ਦਰਸ਼ਨ ਬਣੋਗੇ। ਅੱਜ ਵੀ ਜਦੋਂ ਆਪਾਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਦਾਰ ਵਾਸਤੇ ਉਤਾਂਹ ਨੂੰ ਚੜ੍ਹਦੇ ਹਾਂ ਨਾ, ਤੁਸੀਂ ਗੌਰ ਨਾਲ ਤੱਕਣਾ, ਖੱਬੇ ਹੱਥ ਇੱਕ ਅਸਥਾਨ ਹੈ, ਉਸ ਅਸਥਾਨ ਦਾ ਨਾਮ ਦੁਮਾਲਗੜ੍ਹ ਹੈ। ਉਸ ਜਗ੍ਹਾ ਦੇ ਉੱਪਰ ਸਤਿਗੁਰੂ ਸਾਹਿਬ ਜੀ ਨੇ ਬਾਬਾ ਫਤਿਹ ਸਿੰਘ ਦੇ ਉੱਪਰ ਇਹ ਬਖਸ਼ਿਸ਼ ਕੀਤੀ ਸੀ, ਕਿਉਂਕਿ ਜਿਹੜਾ ਦੁਮਾਲਾ ਹੈ ਅਤੇ ਜਿਹੜਾ ਦੁਮਾਲੇ ਦੇ ਵਿੱਚ ਫਰਲਾ ਹੈ ਉਹਦੀ ਵਿਸ਼ੇਸ਼ਤਾ ਹੈ। ਅੱਜ ਵੈਸੇ ਇੱਕ ਸ਼ੌਂਕ ਹੈ ਨੌਜਵਾਨਾਂ ਦੇ ਅੰਦਰ ਕਿ ਉਹ ਵਿਸ਼ੇਸ਼ ਕਰਕੇ ਦੁਮਾਲਾ ਸਜਾਉਂਦੇ ਨੇ, ਕੁਝ ਕੁ ਸਰੀਰ ਉਹ ਫਰਲਾ ਵੀ ਰੱਖਦੇ ਨੇ। ਜੇ ਆਪਾਂ ਗੁਰਬਾਣੀ ਨੂੰ ਵਾਚੀਏ ਤੇ ਗੁਰਬਾਣੀ ਦੇ ਅੰਦਰ ਦਸਤਾਰ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪੱਗ ਸ਼ਬਦ ਵੀ ਆਇਆ ਹੈ, ਜਿੱਥੇ ਇਹ 3 ਸ਼ਬਦ ਆਏ ਨੇ ਉੱਥੇ ਚੌਥਾ ਸ਼ਬਦ ਦੁਮਾਲਾ ਵੀ ਆਇਆ। ਸਤਿਗੁਰੂ 5ਵੇਂ ਪਾਤਸ਼ਾਹ ਦਾ ਇੱਕ ਵਚਨ ਹੈ ਕਿ ਹਉ ਗੋਸਾਈ ਦਾ ਪਹਿਲ ਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਭਾਵ ਕਿ ਮੈਂ
उस मालिक अकाल पुरख का भेजा होया पहलवान वा जज्बे दे नाल अणख दे नाल जीवन वाला है ते मेरे सीस दे उपर बधी हुई जड़ी दस्तार है ना ये उस मालिक अकाल पुरख की बख्शिश है। हुण इत्थे तकना कि जेड़े निहंग सिंह ने वह बाबा फतेह सिंह नूं अपना जथेदार मनदे ने ते विशेष तौर पर जिथे वह नीला बाणा पाउंदे ने उत्थे कुछ क निहंग सिंह ने जेड़े फरला छड्डदे ने। आम तौर पर इहदी गाथा यह है कि आम निहंग सिंह फरला नहीं छड्ड सकदा। जथेबंदी दे विच असूल है कि फरला उस सिंह नूं दिता जांदा है जिस की दल पंथ के अंदर घट तो घट 30 तो लैके 40 साल की सेवा हो उसनू दुमाला उसनू फरला दिता जिवें आप अमृत छकते हैं ना पांच सिंह आपू अमृत छकाते ने इस तरह पांच फरलिया वाले जड़े सिंह ने वह सतगुरां की हजूरी में उस सिख न फरला देंगे ने ते ए आखते ने कि अज तो बाद इस सिख का नाम महाकाल है। उसनू महाकाल ही आख्या जाता है ते जदों देग वरताउंदे ने भोग पैंदा है दरबार का जिवें आपां नूं एक एक गफ्फा मिलदा है उत्थे उस महाकाल सिंह नूं दो गफ्फे दित्ते जांदे ने एक उसदा ते एक उसदे फरले का। दूसरी हदायत यह कीती जांदी है कि जिस सिख ने फरला सजा लिया है वह कदी भी अपने सिर ते भार नहीं चुक सकता सिर ते नहीं कुछ भी चुक सकता मोढ़े ते रख सकता है ते कदी भी उह सीधे तौर ते लेट नहीं सकता इस तरह नहीं लेट सकता कि उहदा फरला जिहड़ा है उह धरती नूं जा करके लगे क्योंकि गुरबाणी विच बचने आया है जिहड़ा फरला है ना उह निशान का प्रतीक है। अज कुछ लोग आखते ने कि निशान साहब की परिक्रमा करनी निशान साहब नूं मत्था टेकना कर्म कांड है। भोलियो साडे बजुर्गों ने अरदास बनाई है अरदास विच आपां कि शब्द वरतदे आ कि चौंकियां झंडे बुंगे जुग हो जुग अटल क्योंकि जिहड़ी चीज जुग हो जुग अटल है उहनूं नमस्कार करनी उहदियां परिक्रमा करनियां कर्म कांड नहीं होया करदियां क्योंकि जिथे गुरु का सिद्धांत युग हो युग अटल है उत्थे जिहड़े निशान ने यह आजादी का प्रतीक ने यह अणख का प्रतीक ने यह साडी वखरी होंद का प्रतीक ने। असी इस वास्ते निशान नूं सिजदा करते हैं खास तौर पर तकना 12 मिसलां सन अपनी कौम दियां ते 12 मिसलां विचों विशेष तौर पर एक मिसल सी निशान वाली जिहड़े सिंह विशेष करके निशान की सेवा निभाउंदे सन जदों भी किसे पासे चलिया जांदा सी। अज भी तुसीं वेखो कि किसे मुल्क दा निशान होवे ते ओह विशेष करके दिन हुंदा है जिस दिन मुल्क आजाद होया होवे सारे लोग उस झंडे नूं नमस्कार करदे ने सिजदा करदे ने ते सतगुरु साहिब जी दे समें जदों भी जंग वेले चढ़ाई कीती जांदी सी जिहड़ा निशान वाला सिंह सी ओह सब तो अगे चलदा सी ते एक घटना कह अगे चला आनंदपुर साहिब की धरती ते पहली जंग हुंदी है उस जंग दे विच सतगुरु जूझदे ने ते ओह जंग दी जिहड़ी निशान रूप दे विच अगवाई है ओह बाबा आलम सिंह कर रहे हैं। वैसे यह असूल सी कि दोवां तरफां तों निशानची सिंह हुंदे सन जंग आपसी हुंदी सी पर निशान सी सिंह नूं कुछ नहीं सी आख्या जांदा पर होया ऐसा कि भाई आलम सिंह बहुत अगे निकल गए मुगलों ने घेर लिया ते उन्हां ने आख्या झंडा सुट दे। भाई आलम सिंह कहण लगा नहीं झंडा नहीं सुटांगा ते उन्हां ने आख्या सी तेरे हथ वड दवांगे। भाई आलम सिंह ने आख्या मैं पैरां नाल पकड़ लवांगा उन्होंने आख्या सी तेरे पैर ला दवांगे। भाई आलम सिंह ने आख्या मैं मूँह दे नाल डंडे नूं पकड़ लवांगा उन्हें मुगल ने आख्या सी तेरा सिर कलम कर दवांगे फिर की होवेगा
फिर ते झंडा तेरा डिगेगा ना। वह कह लगा जदों तक सुवास ने उदों तक मैं झंडा डिगण नहीं देना, जदों सुवासा की पूंजी टुट गई फिर झंडे वाला आप जाने। कहिंदे इसे तरह होया, मुगलां ने भाई आलम सिंह के दोवें हाथ कट दिते, सूरमे ने झंडा निशान डिगण नहीं दिता, पैरां दे नाल पकड़िया मूंह दे नाल पकड़िया। कहिंदे जदों सिर कलम कर लगे झंडा डिगण लगा ना, जिसने भाई आलम सिंह दे उपर कृपान चलाई इन्ने चिर नूं बड़ी तेजी दे नाल साहिबजादा बाबा अजीत सिंह वधे ने पहले वार दे नाल उस मुगल का खात्मा करदिया होया बाबा अजीत सिंह ने वो निशान वो झंडा अपने हाथ में पकड़ लिया। भाव जुगो जुग अटल है। इस वास्ते असी इस ख्याल का बहुत ज़्यादा अपने मन में अदब रखते हैं कि यह साड़ी कौम का निशान है। हुण दुमाले दे नाल जिहड़ा फल है जिस उपर सतगुरां ने बख्शिश की उहदी यह विशेषता सी। हुण यह जिहड़ी कौम इन्हां शरीरां नूं निहंग सिंह आख्या गया ते खास तौर पर जदों बाबा बंदा सिंह बहादुर की शहादत होंदी है ना, उस समय तो लै करके लगभग जिहड़ा 18वीं सदी के 60 साल ने ना वो साडे संघर्ष में लंघे। उन्हां समयां दे विच इह जिहड़े सिंह सन इन्हां ने साडी कौम की अगवाई की। इत्थों तक इन्हां दे विच दलेरी है कि देखो जदों नादर शाह दिल्ली नूं लुटदा वापस मुड़दा है ते खालसा निहंग सिंह इनू तीन जगावां दे उपर लुटदे ने ते इन्हें जकरीए खान नूं पुछिया, जकरीआ उस वेले लाहौर का सूबेदार है, कि यह कौन लोग ने इन्हां दे विच इन्नी दलेरी इन्नी बहादुरी किवें आ गई। तो उन्हें जिहड़े शब्द वरते उसनों पंथ प्रकाश का करता लिखता है कि मुर्शद इनको वली भयो है, इनको आबे हयात दयो है, गजब असर तिसका हम देखा, बुजदल होवत शेर बशेखा, कान न काहू की ए राखत, शहद शाह खुद ही को पाखत। ये किसी की कान कनौट नहीं मानते, ये अपने आप को शहनशाह अखवाउंदे ने। कान न काहू की ए राखत, शहनशाह खुद ही को पाखत, कह लगे और सपन को जीव चरासी, मानत आप ताही अविनाशी। कहिंदे असी मरना नहीं, ये अकाल के पुजारी ने ते खास तौर पर उन्हां समयां दे विच उन्होंने कुछ बोल दिते जिन्हां नूं आपां अज आखदे निहंग सिंघां दे बोल बाले। अरदास विच ये शब्द साडे बजुर्गां ने दर्ज किया है। आम व्यक्ति जदों संसार तों जांदा है ते लोग आखदे ने मर गया, पर जदों किते इन्हां दे जत्थे विच इस तरह की घटना वापर जांदी सी ते ये शब्द वरतदे सन कि फलाना सिंह अकाल चलाना कर गया, भाव मरिया नहीं ते अकाल वल नूं हो तुरिया, ते इन्हां ने कुछ शब्द दिते। आपां शब्द बड़े खुले जे वरतदे आ, कोई व्यक्ति पग बन रहा होवे ते आपां आख दिंदे कि फलाना मुंडा पग बन रहा, पर ये अदब नाल बोलदे आ, ये कहिंदे फलाना भचंगी अपने सीस उपर दस्तार सजा रहा। आपां शब्द वरत दिंदे आ कि बाबा जी कड़ा बना रहे ने, पर ये शब्द वरतदे ने देखो ग्रंथी सिंह गुरु की संगत वास्ते देव सजा रहे ने, भाव अदब वाले शब्द दिते। हुण जिहड़ा व्यक्ति झाड़ू बरदार सी, सेवा करदा सी जथे दी, उस वास्ते ये शब्द वरतदे ने कि ये जिहड़ा सिख है भाव जिहदे उपर कोई मराद बहे उस वास्ते शब्द, ये सेवादार वास्ते सूबेदार शब्द भी वरतदे ने। हाथी सामने तुरिया आ रहा है ते हाथी नूं कट्टा दसदे ने, क्योंकि इन्नी दलेरी पर इही गल सी कि देखो एक थां ते पंथ प्रकाश दा करता ये भी गल लिखदा है कि इन्हां पास कुछ भी ना होवे फिर भी अपने आप नूं अकला नहीं मानदे। उन्होंने शब्द वरत्या कि फिड्डा जैसा टटुआ जुलड़ू का काठू पाए, कहिंदे चंगी किस्म का घोड़ा भी नहीं है
ਉਹਦੇ ਉੱਪਰ ਜੁਲੀਆਂ ਦਾ ਕਾਟੂ ਪਾਇਆ ਹੋਇਆ ਹੈ। ਰਸੜੂ ਲਗਾਮ ਤੇ ਰਸੜੂ ਰਕਾਬ ਜੂ, ਕਹਿੰਦੇ ਰੱਸੀਆਂ ਦੀ ਰਕਾਬ ਹੈ ਉੱਤੇ ਕਾਠੀ ਬਣਾਈ ਹੋਈ ਹੈ, ਪਰ ਅੰਦਰ ਇੰਨਾ ਜਜ਼ਬਾ ਹੈ ਭਾਵੇਂ ਟੁੱਟਿਆ ਜੈਸਾ ਤੇਗੜੂ। ਲੀਰ ਨੂੰ ਮਿਆਨ ਜਾਕੋ ਗੱਠ ਸੱਠ ਗਾਤਰਾ ਬਣਾਇਆ ਸਭ ਸਾਜ ਜੂ, ਪਰ ਆਖਦੇ ਨੇ ਨਾਮ ਤੋਂ ਅਕਾਲੜੂ ਫਿਰੈ ਬੁਰੈ ਹਾਲੜੂ। ਮੈਂ ਹਾਲਤ ਬਹੁਤੀ ਚੰਗੀ ਨਹੀਂ ਬਾਹਰੀ ਤੌਰ ਤੇ, ਪਰ ਅੰਦਰ ਦੀ ਦਲੇਰੀ ਤੱਕਣਾ, ਨਾਮ ਤੋਂ ਅਕਾਲੜੂ ਸੋ ਫਿਰੈ ਬੁਰੈ ਹਾਲੜੂ। ਮੈਂ ਕਹਿਣ ਲੱਗੇ ਲੂਟ ਕੂਟ ਖਾਵਨੇ ਕੋ ਡਾਢੇ ਉਸਤਾਦ ਜੂ, ਇੰਨੀ ਦਲੇਰੀ ਹੈ। ਸਾਹਮਣੇ ਕੋਈ ਤੁਰਿਆ ਆ ਰਿਹਾ ਨਾ, ਕਿਉਂਕਿ ਸ਼ਬਦ ਦਿੱਤੇ ਗਏ ਨੇ ਕਾਹਨ ਸਿੰਘ ਨਾਭਾ ਨੇ, ਮਹਾਨ ਕੋਸ਼ ਦੇ ਵਿੱਚ ਦਰਜ ਕੀਤੇ ਨੇ, ਤੇ ਕਣਕ ਦਾ ਨਾਮ ਇਹਨਾਂ ਨੇ ਬਸੰਤ ਕੌਰ ਰੱਖਿਆ। ਗਾਜਰਾਂ ਨੂੰ ਗੋਬਿੰਦੀਏ ਆਖਦੇ ਨੇ, ਇੰਜਣਾ ਆ ਰਿਹਾ ਤੇ ਉਸਨੂੰ ਤੇਜਾ ਸਿੰਘ ਆਖਦੇ ਨੇ, ਰੇਲ ਆ ਰਹੀ ਹੈ ਤੇ ਉਸਨੂੰ ਭੂਤਨੀ ਦੱਸਦੇ ਨੇ, ਤੇ ਜੇ ਕੋਈ ਵਿਅਕਤੀ ਬੀੜੀ ਪੈ ਪੀ ਰਿਹਾ ਉਸਨੂੰ ਆਖਦੇ ਨੇ ਕਿ ਖੋਤੀ ਨੂੰ ਚੁੰਘ ਰਿਹਾ। ਭਾਵ ਇਹ ਜਿਹੜੇ ਸ਼ਬਦ ਇਹਨਾਂ ਨੇ ਦਿੱਤੇ ਤੇ ਇਹਨਾਂ ਸ਼ਬਦਾਂ ਦਾ ਪਿਛੋਕੜ ਸੀ ਬਹੁਤ ਜ਼ਿਆਦਾ, ਇਹਨਾਂ ਨੇ ਬਲਵਾਨ ਕਰ ਦਿੱਤਾ। ਲੋਕ ਹੈਰਾਨ ਸਨ ਕਿ ਇਹ ਕਿਸ ਤਰ੍ਹਾਂ ਦੇ ਬੋਲ ਬੋਲਦੇ ਸਨ। ਢਾਡੀ ਗਿਆਨੀ ਦਿਲਬਰ ਜੀ, ਉਹਨਾਂ ਦੀ ਇੱਕ ਘਟਨਾ ਹੈ, ਉਹਨਾਂ ਨੇ ਆਪਣੀ ਰਸਮਾਂ ਤੋਂ ਬਿਆਨ ਕੀਤੀ। ਉਹ ਕਹਿ ਕੇ ਮੈਂ ਸਮਾਪਤੀ ਵੱਲ ਵਧਾਂ ਕਿ ਗਿਆਨੀ ਦਿਲਬਰ ਬਹੁਤ ਲੰਬਾ ਸਮਾਂ ਉਹਨਾਂ ਨੇ ਢਾਡੀ ਕਲਾ ਦੁਆਰਾ ਸੇਵਾ ਕੀਤੀ ਹੈ। ਉਹ ਕਹਿੰਦੇ ਇੱਕ ਵਾਰ ਹੋਲੇ ਮਹੱਲੇ ਤੇ ਅਸੀਂ ਆਨੰਦਪੁਰ ਗਏ, ਆਨੰਦਪੁਰ ਗਏ ਨਿਹੰਗ ਸਿੰਘਾਂ ਦੀ, ਤੁਸੀਂ ਮੈਂ ਜੁਰਤ ਦੀ ਗੱਲ ਕਰ ਰਿਹਾ, ਉਹਨਾਂ ਦੀ ਦਲੇਰੀ ਦੀ ਗੱਲ ਕਰ ਰਿਹਾ, ਚੜ੍ਹਦੀ ਕਲਾ ਦਾ ਜੋ ਪ੍ਰਤੀਕ ਬੋਲ ਬਾਲੇ ਨੇ ਉਹਨਾਂ ਨੂੰ ਆਪ ਨਾਲ ਸਾਂਝੇ ਕਰ ਰਿਹਾ। ਕਹਿੰਦੇ ਹੋਲੇ ਮਹੱਲੇ ਤੇ ਗਏ ਤੇ ਨਿਹੰਗ ਸਿੰਘ ਰਸਤੇ ਵਿੱਚ ਮਿਲ ਪਏ, ਕਹਿਣ ਲੱਗੇ ਤੁਸੀਂ ਬਹੁਤ ਸੁੰਦਰ ਢਾਡੀ ਹੋ ਤੇ ਕਿਤੇ ਸਾਡੇ ਵੀ ਅਸਥਾਨ ਉੱਪਰ ਆਓ, ਸਾਨੂੰ ਢਾਡੀ ਵਾਰਾਂ ਸੁਣਾਓ। ਅਸੀਂ ਆਖਿਆ ਸਤ ਬਚਨ ਜ਼ਰੂਰ ਆਵਾਂਗੇ। ਕਹਿੰਦੇ ਅਸੀਂ ਉਸ ਉਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਸਾਡਾ ਡੇਰਾ ਇਸ ਜਗ੍ਹਾ ਉੱਪਰ ਹੈ। ਅਸੀਂ ਚੱਲਦੇ ਚੱਲਦੇ ਪਹੁੰਚ ਗਏ, ਜਾ ਕਰਕੇ ਪੁੱਛਿਆ, ਜਾ ਕੇ ਫਤਿਹ ਬੁਲਾਈ ਤੇ ਇੱਕ ਨਿਹੰਗ ਸਿੰਘ ਆਇਆ। ਉਹ ਕਹਿਣ ਲੱਗਾ ਜੀ ਸਮੁੰਦਰ ਛਕੋਗੇ ਕਿ ਢਿੱਡ ਫੂਕਣੀ ਛਕੋਗੇ? ਉਹਨਾਂ ਦੇ ਕਹਿਣ ਤੋਂ ਭਾਵ ਸੀ ਕਿ ਦੁੱਧ ਪੀਵੋਗੇ ਕਿ ਚਾਹ ਪੀਵੋਗੇ? ਅਸੀਂ ਆਖਿਆ ਜੀ ਸਮੁੰਦਰ ਹੀ ਛਕ ਲਵਾਂਗੇ। ਮੁੜ ਕੇ ਉਹਨਾਂ ਨੇ ਪੁੱਛਿਆ ਕਿ ਸਮੁੰਦਰ ਵਿਹੜੇ 'ਚ ਛਕੋਗੇ ਕਿ ਚੁਬਾਰੇ 'ਚ ਛਕੋਗੇ? ਅਸੀਂ ਆਖਿਆ ਚਲੋ ਥੱਕੇ ਹਾਂ, ਅਸੀਂ ਆਖਿਆ ਚੁਬਾਰੇ 'ਚ ਛਕ ਲਵਾਂਗੇ। ਬਾਅਦ ਵਿੱਚ ਉਹਨਾਂ ਨੇ ਆਖਿਆ ਜੀ ਬਿਸਕੁਟ ਕਿੰਨੇ ਲਵੋਂਗੇ? ਅਸੀਂ ਆਖਿਆ ਦੋ ਦੋ ਤਿੰਨ ਤਿੰਨ ਲੈ ਲਵਾਂਗੇ। ਕਹਿੰਦੇ ਕੁਝ ਸਮੇਂ ਅਸੀਂ ਬੈਠ ਗਏ ਉੱਥੇ, ਸੋਚਿਆ ਕਿ ਹੁਣ ਚੁਬਾਰੇ 'ਚ ਖੜਦੇ ਆ, ਘੜੀ ਨੂੰ ਚੁਬਾਰੇ 'ਚ ਖੜਦੇ, ਉੱਥੇ ਬੈਠੇ ਰਹੇ। ਇੰਨੇ ਚਿਰ ਨੂੰ ਨਿਹੰਗੇ ਆ ਗਏ ਤੇ ਉਹਨਾਂ ਨੇ ਵੱਡੇ ਕੜੇ ਵਾਲੇ ਗਲਾਸ ਜਿਹੜੇ ਪੁਰਾਣੇ ਸਮੇਂ ਵਿੱਚ ਹੁੰਦੇ ਸੀ ਉਹ ਸਾਡੇ ਅੱਗੇ ਰੱਖ ਦਿੱਤੇ, ਉਹ ਸਮੁੰਦਰ ਨਾਲ ਭਰ ਦਿੱਤੇ ਤੇ ਕਹਿਣ ਲੱਗੇ ਛਕੋ, ਤੇ ਨਾਲ ਸਾਡੇ ਹੱਥ ਉੱਪਰ ਦੋ ਦੋ ਤਿੰਨ ਤਿੰਨ ਰਾਤ ਦੇ ਜਿਹੜੇ ਮਿੱਸੇ ਪ੍ਰਸ਼ਾਦੇ ਸਨ ਉਹ ਰੱਖ ਦਿੱਤੇ। ਅਸੀਂ ਆਖਿਆ ਜੀ ਤੁਸੀਂ ਤੇ ਕਹਿ ਰਹੇ ਸੀ ਚੁਬਾਰੇ ਵਿੱਚ। ਕਹਿਣ ਲੱਗੇ ਭਲਿਓ, ਅਸੀਂ ਤੁਹਾਨੂੰ ਪੁੱਛਿਆ ਸੀ ਕਿ ਦੁੱਧ ਜਿਹੜਾ ਸਮੁੰਦਰ ਹੈ ਉਹ ਵਿਹੜੇ 'ਚ ਛਕਣਾ ਕਿ ਚੁਬਾਰੇ 'ਚ? ਤੁਸੀਂ ਆਖਿਆ ਚੁਬਾਰੇ 'ਚ, ਅਸੀਂ ਛੰਨੇ ਨੂੰ ਵਿਹੜਾ ਆਖਦੇ ਹਾਂ ਤੇ ਗਲਾਸਾਂ ਨੂੰ ਚੁਬਾਰਾ ਆਖਦੇ ਹਾਂ, ਹੁਣ ਤੁਹਾਨੂੰ ਚੁਬਾਰੇ 'ਚ ਛਕਣਾ ਪਵੇਗਾ। ਤੇ ਉਹ ਆਂਦੇ ਅਸੀਂ ਤੇ ਬਿਸਕੁਟਾਂ ਦੀ ਗੱਲ ਕੀਤੀ ਸੀ। ਉਹ ਕਹਿੰਦੇ ਅਸੀਂ ਮਿੱਛੇ ਜਿਹੜੇ ਮਿੱਛੇ ਪ੍ਰਸ਼ਾਦੇ ਨੇ ਨਾ ਰਾਤ ਵਾਲੇ ਉਹਨਾਂ ਨੂੰ ਬਿਸਕੁਟ ਆਖਦੇ। ਉਹ ਗਿਆਨੀ ਜੀ ਕਹਿੰਦੇ ਸਾਹਮਣੇ ਸਾਡੇ ਉਹ ਨਿਹੰਗ ਬੈਠ ਗਿਆ, ਸਾਨੂੰ ਆਂਦਾ ਛਕੋ ਨਾ ਅਸੀਂ ਛੱਡਣ ਜੋਗੇ, ਚਲੋ ਔਖੇ ਸੌਖੇ ਹੋ ਕੇ ਛਕਿਆ। ਛਕਣ ਤੋਂ ਬਾਅਦ ਦੀਵਾਨ ਸ਼ਾਮਾਂ ਦਾ ਸੀ, ਅਸੀਂ ਆਖਿਆ ਜੀ ਸਾਨੂੰ ਆਗਿਆ ਅਸੀਂ ਲੇਟ ਜਾਈਏ। ਉਹ ਕਹਿੰਦੇ ਕੰਬਖਤੂ ਲੇਟਦੇ ਤੇ ਖੋਦੇ ਹੁੰਦੇ। ਮੁੜ ਕੇ ਕਹਿੰਦਾ ਮੇਰੇ ਨਾਲ ਦੇ ਸਿੰਘ ਨੇ ਆਖਿਆ ਜੀ ਚਲੋ ਅਸੀਂ ਸੌਂ ਜਾਂਦੇ ਹਾਂ। ਉਹ ਫਿਰ ਨਿਹੰਗ ਸਿੰਘ ਬੋਲਿਆ ਕਿ ਸੰਧੀ ਤੇ ਸੁਸਰੀ ਹੁੰਦੀ ਆ, ਕਹਿੰਦਾ ਮੇਰੇ ਹੱਥ ਜੁੜ ਗਏ ਵੀ ਬਾਬਾ ਜੀ ਆਪ ਹੀ ਦੱਸ ਦਿਓ ਕਿ ਅਸੀਂ ਕਰੀਏ ਕੀ। ਉਹ ਆਂਦਾ ਜਿਹੜੇ ਨਿਹੰਗ ਸਿੰਘ ਗੁਰੂ ਕੀ ਫੌਜ ਹੈ ਨਾ ਉਹ ਨਾ ਤੇ ਲੇਟਦੀ ਹੈ ਨਾ ਸੰਧੀ, ਉਹ ਅੜਿੰਗ ਬੜਿੰਗ ਹੁੰਦੀ ਹੈ, ਤੇ ਤੁਸੀਂ ਹੁਣ ਅੜਿੰਗ ਬੜਿੰਗ ਹੋ ਜਾਓ। ਭਾਵ ਇਹ ਜਿਹੜੇ ਬੋਲ ਸਨ ਉਹਨਾਂ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਉਹਨਾਂ ਨੇ ਖਾਲਸੇ ਦੀ ਝੋਲੀ ਵਿੱਚ ਪਾਏ। ਹਾਂ ਇੰਨਾ ਅਦਭੁਤ ਹੁੰਦਾ ਸੀ ਨਿਹੰਗ ਸਿੰਘਾਂ ਦਾ
ਕਿ ਜਦੋਂ ਕਿਤੇ ਜਥਾ ਆਉਂਦਾ ਸੀ ਨਾ ਕਿਸੇ ਇਲਾਕੇ ਵਿੱਚ, ਲੋਕ ਹੱਥ ਜੋੜ ਕੇ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਸਨ। ਇਹ ਸ਼ਬਦ ਵੀ ਸਾਡੇ ਗ੍ਰੰਥਾਂ ਵਿੱਚ ਨੇ ਕਿ ਆਏ ਨੀ ਨਿਹੰਗ ਬੂਹਾ ਖੋਲਦੇ ਨਿਸ਼ੰਗ, ਕਿਉਂਕਿ ਉਹਨਾਂ ਦਾ ਕਿਰਦਾਰ ਸੀ, ਉਹਨਾਂ ਦਾ ਕਰੈਕਟਰ ਸੀ। ਕੁਝ ਲੋਕ ਐਸੇ ਵੜ ਗਏ ਵਿੱਚ ਕਿ ਉਹਨਾਂ ਨੇ ਇਸ ਜਥੇਬੰਦੀ ਨੂੰ ਗੰਦਲਾ ਕਰ ਦਿੱਤਾ। ਤੇ ਅੱਜ ਨਿਹੰਗ ਸਿੰਘਾਂ ਦੇ ਨਾਮ ਉੱਪਰ ਤਰ੍ਹਾਂ ਤਰ੍ਹਾਂ ਦੇ ਮਖੌਲ ਬਣੇ ਹੋਏ, ਪਰ ਸਮਾਂ ਸੀ, ਲੋਕ ਆਖਦੇ ਸਨ ਕਿ ਜਿੱਧਰ ਦੀ ਇਹ ਲੰਘ ਜਾਣ, ਜਿੱਧਰ ਦੀ ਇਹਨਾਂ ਦਾ ਦਲ ਪੰਥ ਲੰਘ ਜਾਏ, ਉੱਥੇ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ। ਆਪ ਲੋਕ ਘਰਾਂ ਵਿੱਚ ਖੜਿਆ ਕਰਦੇ ਸਨ, ਪਰ ਸਮਾਂ ਪਾ ਕੇ ਕੁਝ ਲੋਕ ਐਸੇ ਆਏ ਜਿਨ੍ਹਾਂ ਨੇ ਸਦੀਵੀ ਤੌਰ 'ਤੇ ਇਸ ਜਥੇਬੰਦੀ ਨੂੰ ਕਲੰਕਿਤ ਕਰ ਦਿੱਤਾ। ਸਭ ਤੋਂ ਪਹਿਲਾਂ ਸੰਤਾ ਸਿੰਘ ਵਰਗਾ ਵਿਅਕਤੀ ਜਿਹੜਾ ਬੁੱਢੇ ਦਲ ਨਾਲ ਸੰਬੰਧਿਤ ਹੈ। ਜਦੋਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਨਾ ਸਰਕਾਰੀ ਤੌਰ 'ਤੇ, ਇਹਨੇ ਆਖਿਆ ਕਿ ਮੈਂ ਅਕਾਲ ਤਖਤ ਦੀ ਸੇਵਾ ਕਰਾਵਾਂਗਾ, ਭਾਵ ਸਰਕਾਰ ਦੇ ਹੱਥੇ ਚੜ ਗਿਆ। ਸਿੰਘ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਪਰ ਉਹ ਸਰਕਾਰ ਦੀ ਝੋਲੀ ਵਿੱਚ ਪੈ ਗਿਆ। ਬਾਅਦ ਵਿੱਚ ਇੱਕ ਨਾਮ ਬੜਾ ਮਕਬੂਲ ਹੋਇਆ ਜਿਸ ਨੂੰ ਪੂਲਾ ਆਖਦੇ ਸਨ। ਉਹ ਆਪਣੇ ਸੀਸ ਉੱਪਰ ਚੋਲਾ ਪਾਉਂਦਾ ਸੀ, ਦਮਾਲਾ ਸਜਾਉਂਦਾ ਸੀ, ਇੱਥੋਂ ਤੱਕ ਫਰਲਾ ਵੀ ਸਜਾਉਂਦਾ ਸੀ, ਪਰ ਉਹਦੇ ਜਿਹੜੇ ਕਰਤੱਵ ਨੇ ਨਾ ਉਹਨਾਂ ਨੂੰ ਸ਼ਾਇਦ ਆਪਾਂ ਸਟੇਜ 'ਤੇ ਬਿਆਨ ਨਹੀਂ ਕਰ ਸਕਦੇ। ਏਡਾ ਗੰਦਲਾ ਵਿਅਕਤੀ ਕਿ ਰੱਜ ਕੇ ਸ਼ਰਾਬ ਪੀਣੀ, ਬਹੂ ਬੇਟੀਆਂ ਦੀ ਬੇਹੁਰਮਤੀ ਕਰਨੀ, ਉਹਨਾਂ ਦੀਆਂ ਇੱਜ਼ਤਾਂ ਲੁੱਟਣੀਆਂ, ਅਤੇ ਐਸੇ ਸਿੰਘ ਖਾਲਸੇ ਜਿਨ੍ਹਾਂ ਨੂੰ ਪੁਲਿਸ ਦਾ ਟੌਰ ਬਣ ਕਰਕੇ ਉਹਨੇ ਸ਼ਹੀਦ ਕਰਵਾਇਆ। ਭਾਈ ਬਲਵਿੰਦਰ ਸਿੰਘ ਜਟਾਣਾ ਵਰਗਾ ਪਰਿਵਾਰ ਜਿਸ ਦੇ ਸਾਰੇ ਪਰਿਵਾਰ ਨੂੰ ਉਹਨੇ ਮਰਵਾਇਆ। ਇੱਕ ਛੋਟੀ ਜਿਹੀ ਭਤੀਜੀ ਸੀ, ਜਦੋਂ ਪੁਲਿਸ ਘਰ ਵਿੱਚ ਜਾਂਦੀ ਹੈ ਨਾ, ਉਸ ਛੋਟੀ ਜਿਹੀ ਬੱਚੀ ਨੂੰ ਲੱਤੋਂ ਪਕੜ ਕਰਕੇ ਉਹ ਐਸ ਪੀ ਕੰਧ ਦੇ ਨਾਲ ਮਾਰਦਾ, ਭਾਵ ਉਹਨਾਂ ਦੇ ਨਾਲ ਰਲਿਆ। ਐਸੇ ਜਿਹੜੇ ਲੋਕ ਜਦੋਂ ਇਹਨਾਂ ਵਿੱਚ ਸ਼ਾਮਲ ਹੋ ਗਏ, ਉਦੋਂ ਲੋਕਾਂ ਨੂੰ ਨਫ਼ਰਤ ਹੋ ਗਈ, ਕਿਉਂਕਿ ਸਿੱਖ ਇੱਕ ਕੌਮ ਹੈ ਅਤੇ ਇਸ ਕੌਮ ਦੀਆਂ ਵੱਖ ਵੱਖ ਸ਼ਾਖਾਵਾਂ ਨੇ ਜਿਨ੍ਹਾਂ ਨੂੰ ਆਪਾਂ ਜਥੇਬੰਦੀਆਂ ਆਖਦੇ ਹਾਂ। ਅਤੇ ਜਥੇਬੰਦੀਆਂ ਦਾ ਨਾਮ ਇਸ ਵਾਸਤੇ ਉੱਚਾ ਰਿਹਾ ਕਿਉਂਕਿ ਉਹਦੇ ਵਿੱਚ ਚੰਗੇ ਵਿਅਕਤੀ ਸਨ, ਕਿਰਦਾਰ ਵਾਲੇ ਵਿਅਕਤੀ ਸਨ। ਉਹ ਭਾਵੇਂ ਅਖੰਡ ਕੀਰਤਨੀ ਜਥਾ ਹੋਵੇ, ਭਾਵੇਂ ਉਹ ਕੂਕਾ ਲਹਿਰ ਹੋਵੇ, ਭਾਵੇਂ ਉਹ ਨਿਹੰਗ ਸਿੰਘ ਹੋਣ, ਭਾਵੇਂ ਉਹ ਦਮਦਮੀ ਟਕਸਾਲ ਹੋਏ, ਮੇਰੇ ਕਹਿਣ ਤੋਂ ਭਾਵ ਇਹ ਜਿਹੜੀਆਂ ਜਥੇਬੰਦੀਆਂ ਸਨ, ਇਹਨਾਂ ਦਾ ਕਿਰਦਾਰ, ਇਹਨਾਂ ਦਾ ਨਾਮ ਇਸ ਵਾਸਤੇ ਸੀ ਕਿਉਂਕਿ ਇਹਨਾਂ ਦੇ ਸਿੰਘਾਂ ਨੇ, ਇਹਨਾਂ ਦੇ ਜਿਹੜੇ ਮੁਖੀਆਂ ਨੇ, ਉਹਨਾਂ ਦਾ ਕਰਤੱਵ ਬੜਾ ਉੱਚਾ ਸੀ। ਅੱਜ ਵੀ ਆਪਾਂ ਸੰਤ ਬਾਬਾ ਜਰਨੈਲ ਸਿੰਘ ਨੂੰ ਯਾਦ ਕਰਦੇ, ਕਿਉਂ? ਕਿਉਂਕਿ ਉਹਨਾਂ ਦਾ ਕਰੈਕਟਰ ਸੀ, ਉਹਨਾਂ ਦਾ ਕਿਰਦਾਰ ਸੀ। ਅਤੇ ਜਿਹੜੇ ਵਰਤਮਾਨ ਸਮੇਂ ਦੇ ਉੱਪਰ ਇਸ ਜਥੇਬੰਦੀ ਉੱਪਰ ਕਾਬਜ਼ ਨੇ, ਲੋਕ ਉਹਨਾਂ ਦਾ ਨਾਮ ਲੈਣ ਵਾਸਤੇ ਤਿਆਰ ਨੇ, ਕਿਉਂਕਿ ਕਿਰਦਾਰ ਦੀ ਗੱਲ ਹੈ। ਮਾਲਕ ਕਿਰਪਾ ਕਰੇ ਕਿ ਨਿਹੰਗ ਸਿੰਘਾਂ ਨੇ ਬਾਬਾ ਫਤਿਹ ਸਿੰਘ ਨੂੰ ਆਪਣਾ ਜਥੇਦਾਰ ਮੰਨਿਆ, ਅਤੇ ਬਾਬਾ ਫਤਿਹ ਸਿੰਘ ਜੀ ਨੇ ਕੌਮ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਹੈ। ਮਾਲਕ ਕਿਰਪਾ ਕਰੇ ਇਹਨਾਂ ਜਥੇਬੰਦੀਆਂ ਦੀ ਚੜ੍ਹਦੀ ਕਲਾ ਹੋਏ। ਇਹਨਾਂ ਬਚਨਾਂ ਦੇ ਨਾਲ ਮੈਂ ਸਮਾਪਤੀ ਵੱਲ ਵੱਧਦਾ, ਬੋਲਦਿਆਂ ਹੋਈ ਭੁੱਲ ਚੁੱਕ ਦੀ ਖਿਮਾ। ਮਾਲਕ ਕਿਰਪਾ ਕਰੇ ਕਿ ਆਪ ਬੜੇ ਆਨੰਦ ਦੇ ਨਾਲ, ਖੁਸ਼ੀ ਦੇ ਨਾਲ ਬਾਬਾ ਫਤਿਹ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹੋ। ਆਪ ਸਮੂਹ ਸੰਗਤ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।